ਜਲਿਆਂਵਾਲਾ ਬਾਗ ਜੋ ਸ਼ਹੀਦਾਂ ਦੀ ਮਹਾਨ ਸ਼ਰਨ ਸਥਲੀ ਹੈ, ਹਜ਼ਾਰਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਲਈ ਨਿਰਦੋਸ਼ ਲੋਕਾਂ ਨੇ ਆਪਣੇ ਪ੍ਰਾਣ ਨਛਾਵਰ ਕਰਦੇ ਔਰ ਜਨਰਲ ਡਾਇਰ ਨਾਂ ਦਾ ਹੱਤਿਆਰਾ ਜਿਹੜਾ ਸੀ ਉਹਨੇ ਭੀਸ਼ਣ ਹੱਤਿਆਕਾਂਡ ਕੀਤਾ ਔਰ ਅੱਜ ਵੀ ਉਹਨਾਂ ਦੀ ਆਤਮਾਵਾਂ ਜਿਹੜੀਆਂ ਸ਼ਹੀਦਾਂ ਦੀਆਂ ਨੇ ਇੱਥੇ ਉਹ ਆਰਾਮ ਕਰ ਰਹੀਆਂ ਨੇ। ਅਤੇ ਜਦੋਂ ਮੈਂ ਸਾਂਸਦ ਬਣਿਆ 2016 ਇੰਚ ਅਤੇ ਜਿੱਥੇ ਮੈਂ ਏਅਰਪੋਰਟ, ਰੇਲਵੇ ਸਟੇਸ਼ਨ, ਸੋਫਟਵੇਅਰ ਪਾਰਕ ਔਰ ਬਾਰਡਰ ਟ੍ਰੇਡ ਦੇ ਜਿਹੜਾ ਇਨਫਰਾਸਟ੍ਰਕਚਰ ਸੀ ਜੋ ਇੱਕ ਸਾਂਸਦ ਦੀ ਡਿਊਟੀ ਹੈ ਚਿੰਤਾ ਕੀਤੀ, ਉੱਥੇ ਮੈਂ ਜਲਿਆਂਵਾਲੇ ਬਾਗ ਵੀ ਆਇਆ ਔਰ ਮੇਰੇ ਉਸ ਦਿਨ ਭਾਵਨਾਤਮਕ ਤੌਰ 'ਤੇ ਮੈਂ ਬਹੁਤ ਵਿਚਲਿਤ ਹੋਇਆ। ਮੇਰੇ ਲਈ ਉਹ ਬਹੁਤ ਦੁਖਦਾਈ ਦਿਨ ਸੀ, ਮੈਂ ਦੇਖਿਆ ਕਿ ਸ਼ਹੀਦਾਂ ਦੀ ਇਹ ਮਹਾਨ ਸਥਲੀ ਨੈਸ਼ਨਲ ਮੋਨੂਮੈਂਟ ਜਿਹੜਾ ਹੈ, ਟਰੱਸਟ ਜਿਹੜਾ ਹੈਗਾ, ਟਰੱਸਟ ਦੇ ਨੈਗਲੀਜੈਂਸ ਕਰਕੇ ਜਿਹੜਾ ਕਾਂਗਰਸ ਦਾ ਟਰੱਸਟ ਸੀਗਾ, ਪਥੈਟਿਕ ਕੰਡੀਸ਼ਨ ਸੀਗੀ, ਜਿਹੜੀਆਂ ਮੂਲਭੂਤ ਸੁਵਿਧਾਵਾਂ ਸੀਗੀਆਂ ਔਰ ਇੱਥੇ ਨਾਮ ਮਾਤਰ ਸੀਗੀਆਂ, ਜਿਹੜੇ ਲੋਕ ਆ ਰਹੇ ਸੀ ਉਹਨਾਂ ਨੂੰ ਇਹਦੀ ਹਿਸਟੋਰੀਕਲ ਬੈਕਗਰਾਊਂਡ ਬਾਰੇ, ਇਹਦੀ ਇਤਿਹਾਸਿਕ ਪ੍ਰਿਸ਼ਠਭੂਮੀ ਬਾਰੇ ਕੋਈ ਜਾਣਕਾਰੀ ਨਹੀਂ ਸੀ ਮਿਲ ਰਹੀ। ਪੀਣ ਦਾ ਪਾਣੀ ਨਹੀਂ ਸੀ, ਬਾਥਰੂਮ ਨਹੀਂ ਸੀ ਔਰ ਜਿਹੜੀ ਵਿਜ਼ਟਰ ਗੈਲਰੀ ਸੀ ਪੱਖੇ ਤੱਕ ਨਹੀਂ ਸੀ ਲੱਗੇ ਹੋਏ, ਲੋਕ ਪਸੀਨੇ ਦੇ ਨਾਲ ਰੱਤ ਹੋ ਕੇ ਉੱਥੇ ਬੈਠੇ ਹੋਏ ਸੀ। ਮੈਂ ਤੁਰੰਤ 10 ਲੱਖ ਰੁਪਏ ਆਪਣੇ MP ਲੈਂਡ ਫੰਡ ਤੋਂ ਜਾਰੀ ਕੀਤਾ, ਉੱਥੇ ਨਵੇਂ ਬਾਥਰੂਮ ਬਣਾਏ, ਇਹਦਾ ਰੰਗ ਰੁੰਗ ਨਵਾਂ ਕਰਵਾਇਆ, ਨਵਾਂ ਪੀਣ ਦੇ ਪਾਣੀ ਦੀ ਵਿਵਸਥਾ ਕਰਵਾਈ ਔਰ ਜੋ ਮੂਲਭੂਤ ਸੁਵਿਧਾਵਾਂ ਸੀ ਰਿਸਟੋਰ ਕਰਵਾਈਆਂ। ਉਸ ਤੋਂ ਬਾਅਦ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਜੀ ਦਾ ਬਹੁਤ ਧੰਨਵਾਦੀ ਹਾਂ। ਮੈਂ ਉਹਨਾਂ ਦੇ ਧਿਆਨ ਵਿੱਚ ਲੈ ਕੇ ਆਇਆ ਅਤੇ ਉਹਨਾਂ ਨੇ ਤੁਰੰਤ ਡਾਕਟਰ ਮਹੇਸ਼ ਸ਼ਰਮਾ ਜਿਹੜੇ ਮਿਨਿਸਟਰ ਆਫ ਕਲਚਰ ਸੀ ਉਹਨਾਂ ਨੂੰ ਅੰਮ੍ਰਿਤਸਰ ਭੇਜਿਆ ਮੇਰੇ ਨਾਲ ਵਿਜ਼ਿਟ ਕਰਨ ਲਈ ਔਰ ਮਹੇਸ਼ ਸ਼ਰਮਾ ਜੀ ਵੀ ਬੜੇ ਵਿਚਲਿਤ ਹੋ ਗਏ ਦੇਖ ਕੇ ਕਿ ਇਸ ਸਥਲ ਔਰ ਉਹਦਾ ਟੋਟਲ ਜ਼ਿੰਮੇਵਾਰ ਸੀਗੇ ਅੰਬਿਕਾ ਸੋਨੀ ਜੀ, ਸਵਰਗੀ ਵਰਿੰਦਰ ਕਟਾਰੀਆ ਜੀ ਔਰ ਹੰਸਪਾਲ ਜੀ ਜਿਹੜੇ ਟਰੱਸਟੀ ਸੀਗੇ ਉਹ ਕਦੀ ਇੱਥੇ ਆਏ ਹੀ ਨਹੀਂ। ਸੋ ਮੈਂ ਨਿਰੰਤਰ ਇਹਦੀ ਆਵਾਜ਼ ਪਾਰਲੀਮੈਂਟ 'ਚ ਵੀ ਉਠਾਈ, ਮੈਂ 3 ਵਾਰੀ ਪਾਰਲੀਮੈਂਟ 'ਚ ਬੋਲਿਆ, ਮੈਂ ਮੰਗ ਕੀਤੀ ਕਿ 100 ਸਾਲਾਂ ਦਾ ਆ ਰਿਹਾ ਉਹਨੂੰ ਬੜੇ ਯਾਦਗਾਰ ਤਰੀਕੇ ਨਾਲ ਮਨਾਉਣਾ ਚਾਹੀਦਾ, ਉਹ ਸ਼ਹੀਦਾਂ ਦੀ ਯਾਦ ਸਾਰੀ ਦੁਨੀਆ ਦੇ ਵਿੱਚ ਆਏ। ਸੋ ਮੇਰੀ ਇਹ ਮੰਗ ਮੰਨ ਕੇ ਨਾਲ ਹੀ ਡਿਵੈਲਪਮੈਂਟ ਪ੍ਰੋਜੈਕਟ ਜਾਰੀ ਕੀਤਾ ਗਿਆ। ਇਸ ਤੋਂ ਬਾਅਦ ਸਰਦਾਰ ਹਰਦੀਪ ਸਿੰਘ ਪੁਰੀ ਜਿਹੜੇ ਕਿ ਅਰਬਨ ਡਿਵੈਲਪਮੈਂਟ ਮਿਨਿਸਟਰ ਸੀ ਉਹਨਾਂ ਨੂੰ ਵੀ ਮੈਂ ਲੈ ਕੇ ਆਇਆ ਔਰ ਅੱਜ ਬਦਲ ਦੇਖੋ ਔਰ ਮੈਂ ਧੰਨਵਾਦੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਕਿ ਜਿਹੜੇ ਚੇਅਰਮੈਨ ਨੇ ਟਰੱਸਟ ਦੇ ਉਹਨਾਂ ਨੇ ਨਵਾਂ ਟਰੱਸਟ ਬਣਾਇਆ, ਉਹਦੇ ਮੈਨੂੰ ਵੀ ਟਰੱਸਟੀ ਦੀ ਜ਼ਿੰਮੇਵਾਰੀ ਦਿੱਤੀ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਆਦਰਨੀ ਜਿਹੜੇ ਨੇ ਸਾਡੇ ਸਾਬਕਾ ਮੁੱਖ ਮੰਤਰੀ ਉਹ ਵੀ ਮੈਂਬਰ ਨੇ ਔਰ ਆਦਰਨੀ ਸਰਦਾਰ ਤਰਲੋਚਨ ਸਿੰਘ ਜੀ ਜਿਹੜੇ ਕਿ ਸਾਬਕਾ ਮਾਇਨੋਰਟੀ ਕਮਿਸ਼ਨ ਦੇ ਚੇਅਰਮੈਨ ਨੇ ਉਹ ਵੀ ਮੈਂਬਰ ਨੇ। ਸੋ ਇਹਨਾਂ ਸਾਰਿਆਂ ਦੀ ਟੀਮ ਲੈ ਕੇ ਅਸੀਂ ਇਹ ਕੰਮ ਸ਼ੁਰੂ ਕੀਤਾ। ਤੁਸੀਂ ਦੇਖ ਲਓ ਕਿ ਇਸ ਨਵੇਂ ਟਰੱਸਟ ਦੇ ਜਿਹੜਾ BJP ਸ਼੍ਰੋਮਣੀ ਅਕਾਲੀ ਦਲ NDA ਸਰਕਾਰ ਨੇ ਬਣਾਇਆ, ਮੋਦੀ ਜੀ ਨੇ ਬਣਾਇਆ, ਉਹਦੇ 6 ਮਹੀਨੇ ਔਰ 70 ਸਾਲ ਕਾਂਗਰਸ ਦੇ ਜਦੋਂ ਇਹ ਬਰਬਾਦ ਹੋ ਗਿਆ 70 ਸਾਲ ਵਿੱਚ ਇਹ ਬਾਗ ਅੱਜ ਆਬਾਦ ਹੋਣ ਜਾ ਰਿਹਾ, 20 ਕਰੋੜ ਰੁਪਇਆ ਭਾਰਤ ਸਰਕਾਰ ਨੇ ਜਾਰੀ ਕੀਤਾ ਔਰ ਟਰੱਸਟ ਨੂੰ ਜਿਹੜਾ ਜਲਿਆਂਵਾਲਾ ਬਾਗ ਟਰੱਸਟਾਂ ਨੂੰ ਦੇਖ ਰੇਖ ਦੀ ਜ਼ਿੰਮੇਵਾਰੀ ਦਿੱਤੀ ਹੈ। ਸੋ ਅੱਜ ਇੱਥੇ ਟੋਟਲ ਰੀਵੈਂਪਿੰਗ ਹੋ ਰਹੀ ਹੈ, ਲਾਈਟ ਐਂਡ ਸਾਊਂਡ ਸ਼ੋਅ ਪੰਜਾਬੀ, ਹਿੰਦੀ ਔਰ ਅੰਗਰੇਜ਼ੀ ਦੇ ਵਿੱਚ ਸ਼ਾਮ ਨੂੰ 15-15 ਮਿੰਟ ਦਾ ਚੱਲੇਗਾ। ਉਸ ਤੋਂ ਬਾਅਦ ਜਿਹੜਾ ਉੱਪਰ ਇੱਕ ਡਿਜੀਟਲ ਥੀਏਟਰ ਬਣੇਗਾ ਜਿਹਦੇ ਵਿੱਚ 4-ਡਿਮੈਂਸ਼ਨਲ ਡਾਕੂਮੈਂਟਰੀ ਚੱਲੇਗੀ, ਸਾਰੇ ਬੈਠਿਆਂ ਨੂੰ ਐਂ ਲੱਗੇਗਾ ਉਹ ਸਾਕੇ ਦੇ ਵਿੱਚ ਹੀ ਬੈਠੇ ਨੇ। ਜਿਹੜੀ ਗੈਲਰੀ ਜਿੱਥੇ ਪੱਖੇ ਵੀ ਨਹੀਂ ਸੀ ਲੱਗੇ ਉਹਨੂੰ ਏਅਰ ਕੰਡੀਸ਼ਨ ਗੈਲਰੀ ਕੀਤਾ ਜਾਏਗਾ। ਸਾਰੇ ਪ੍ਰੈਮਿਸਿਸ ਵਿੱਚ LED ਸਕਰੀਨਸ ਲਾਈਆਂ ਜਾਣਗੀਆਂ ਜਿਹਦੇ ਨਾਲ ਲੋਕਾਂ ਨੂੰ ਇਹ ਸਾਕੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਸੁੰਦਰ ਲੈਂਡਸਕੇਪਿੰਗ, ਸੁੰਦਰ ਲਾਈਟਿੰਗ ਇੱਥੇ ਲਗਾਈ ਜਾਏਗੀ। ਜਿਹੜੇ ਬੁਲੇਟ ਦੇ ਨਿਸ਼ਾਨ ਨੇ ਜਿੱਥੇ ਕਿ ਸ਼ਹੀਦਾਂ ਨੂੰ ਬੁਲੇਟ ਮਾਰੇ ਗਏ ਸੀ ਉਹ ਨਿਸ਼ਾਨਾਂ ਨੂੰ ਰਿਸਟੋਰ ਕੀਤਾ ਜਾਏਗਾ। ਸ਼ਹੀਦੀ ਕੂਏ ਦਾ ਇੱਕ ਨਵਾਂ ਰੂਪ ਦਿੱਤਾ ਜਾਏਗਾ ਕਿ ਸਾਰੇ ਲੋਕ ਕੂਏ ਨੂੰ ਅੱਛੀ ਤਰ੍ਹਾਂ ਦੇਖ ਸਕਣ। ਜਿਹੜਾ ਟੌਰਚ ਹੈ ਜਿੱਥੇ ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀ ਦਿੰਦੇ ਹਾਂ ਉੱਥੇ ਲਿੱਲੀ ਪੌਂਡ ਬਣਾਇਆ ਜਾਏਗਾ।
ਲਿਲੀ ਫਲਾਵਰਸ ਦਾ ਇੱਕ ਪੌਂਡ ਬਣੇਗਾ, ਨਵੇਂ ਫਾਊਂਟੇਨਸ ਵੀ ਇੱਥੇ ਲਾਏ ਜਾਣਗੇ, ਨਵੇਂ ਬਾਥਰੂਮ ਬਣਾਏ ਜਾਣਗੇ ਕਿਉਂਕਿ ਲੱਖਾਂ ਲੋਕ ਇੱਥੇ ਵਿਜ਼ਿਟ ਕਰਦੇ ਨੇ, ਔਰ ਨਾਲ ਹੀ ਪੀਣ ਦੇ ਪਾਣੀ ਦੀ ਬੜੀ ਸੁੰਦਰ ਵਿਵਸਥਾ ਕਰਾਈ ਜਾਏਗੀ, ਨਵਾਂ ਸੀਵਰੇਜ ਪਾਇਆ ਜਾਏਗਾ, ਔਰ ਇੱਕ ਇਹਦਾ ਟਾਈਮ ਹੈ ਲਗਭਗ ਸਨਸੈਟ 'ਤੇ ਬੰਦ ਹੋ ਜਾਂਦਾ, ਸ਼ਾਮ ਨੂੰ 5 ਵਜੇ ਬੰਦ ਹੋ ਜਾਂਦਾ। ਲੱਖਾਂ ਸ਼ਰਧਾਲੂ ਜਿਹੜੇ ਅੰਮ੍ਰਿਤਸਰ ਆਉਂਦੇ ਨੇ ਦਰਸ਼ਨ ਕਰਨ, ਉਹ ਦਰਸ਼ਨ ਨਹੀਂ ਕਰ ਪਾਉਂਦੇ। ਇਹਨੂੰ ਅਸੀਂ ਪ੍ਰਯਾਸ ਕਰਾਂਗੇ ਰਾਤ ਦੇ 9 ਵਜੇ ਤੱਕ ਖੁੱਲ੍ਹਾ ਰੱਖਿਆ ਜਾਏ ਤਾਂ ਕਿ ਲੋਕ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਇਸ ਜੋ ਸ਼ਹੀਦੀ ਸਥਾਨ ਹੈ ਦਾ ਦੌਰਾ ਕਰ ਸਕਣ। ਸ਼ਹੀਦ ਊਧਮ ਸਿੰਘ ਜੀ ਜਿਨ੍ਹਾਂ ਨੇ ਪ੍ਰਾਣ ਨਿਛਾਵਰ ਕੀਤੇ ਸੀ ਔਰ ਓ ਡਾਇਰ ਨੂੰ ਜਾ ਕੇ ਬਦਲਾ ਲਿਆ ਸੀ ਜਨਰਲ ਓ ਡਾਇਰ ਤੋਂ, ਉਹਨਾਂ ਦੀ ਯਾਦ ਵਿੱਚ ਇੱਕ ਅੱਛੀ ਸਟੈਚੂ ਜਿਹੜੀ ਹੈ ਉਹਨਾਂ ਦੀ ਅੰਦਰ ਲਗਾਈ ਜਾਏਗੀ ਪ੍ਰੈਮਿਸਿਸ ਵਿੱਚ, ਔਰ ਬਾਕੀ ਵੀ ਜਿਹੜੇ ਸ਼ਹੀਦ ਹੋਏ ਨੇ ਸੁਤੰਤਰਤਾ ਸੰਗਰਾਮ ਵਿੱਚ ਉਹਨਾਂ ਦੇ ਫੋਟੋਗ੍ਰਾਫ ਲਗਾਏ ਜਾਣਗੇ, ਔਰ ਰੱਖ ਰਖਾਵ ਦਾ ਵਿਸ਼ੇਸ਼ ਪ੍ਰਬੰਧ ਰੱਖਿਆ ਜਾਏਗਾ ਕਿ ਜਿਹਦੇ ਨਾਲ ਆਉਣ ਵਾਲੇ ਯਾਤਰੂਆਂ ਨੂੰ ਪੈਟਰੀਓਟਿਕ ਮੈਸੇਜ ਆਏ, ਸ਼ਹੀਦੀ ਮੈਸੇਜ ਆਏ, ਉਹਨਾਂ ਨੂੰ ਇਹ ਜਾਣਕਾਰੀ ਮਿਲੇ ਕਿ ਕਿੰਨੇ ਨਿਰਦੋਸ਼ ਦੇਸ਼ ਵਾਸੀਆਂ ਨੇ ਆਪਣੇ ਪ੍ਰਾਣ ਨਿਛਾਵਰ ਕਰਕੇ ਆਪਣੇ ਖੂਨ ਦੇ ਨਾਲ ਹੋਲੀ ਖੇਡ ਕੇ ਅੱਜ ਇਹ ਆਜ਼ਾਦੀ ਸਾਨੂੰ ਦਵਾਈ ਹੈ, ਜਿਹਦੀਆਂ ਠੰਡੀਆਂ ਹਵਾਵਾਂ ਦੇ ਵਿੱਚ ਅੱਜ ਇਹ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨੇਤਰਤਵ ਵਿੱਚ ਪਰਮ ਵੈਭਵ 'ਤੇ ਜਾਣ ਵਾਲਾ ਹੈ, ਵਿਸ਼ਵ ਸ਼ਕਤੀ ਬਣ ਰਿਹਾ, ਵਿਸ਼ਵ ਗੁਰੂ ਬਣ ਰਿਹਾ, ਔਰ ਇਸ ਦੇਸ਼ ਦੇ ਜਿਹੜੇ ਵਸਨੀਕ ਨੇ ਜਿਨ੍ਹਾਂ ਦਾ ਜੀਵਨ ਸੁਵਿਧਾਵਾਂ ਦੇ ਨਾਲ ਭਰ ਗਿਆ, ਉਹਨਾਂ ਨੂੰ ਇਹ ਅੱਜ ਦਾ ਦਿਨ ਦਿਖਾਉਣ ਦੇ ਲਈ ਕਿੰਨੇ ਨਿਰਦੋਸ਼ ਦੇਸ਼ ਵਾਸੀਆਂ ਨੇ ਅੰਗਰੇਜ਼ਾਂ ਤੋਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਆਪਣੇ ਪ੍ਰਾਣਾਂ ਦੀ ਨਿਛਾਵਰ ਕੀਤੇ ਸੀ, ਪ੍ਰਾਣਾਂ ਦੀ ਕੁਰਬਾਨੀ ਦਿੱਤੀ ਸੀ। ਇਹ ਅਨਲਿਮਿਟਿਡ ਹੈ ਜੀ, ਫੇਜ਼ 1 ਦੇ ਵਿੱਚ 20 ਕਰੋੜ ਰੁਪਏ ਮਿਲੇ ਨੇ, ਜਿਹਦੇ ਨਾਲ ਕਿ ਰਿਸਟੋਰੇਸ਼ਨ ਚੱਲ ਰਹੀ ਹੈ। ਇਸ ਤੋਂ ਬਾਅਦ ਜਿਸ ਤਰ੍ਹਾਂ ਦੀ ਜ਼ਰੂਰਤ ਹੋਏਗੀ, ਗਵਰਨਮੈਂਟ ਆਫ ਇੰਡੀਆ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ, ਰਾਜਨਾਥ ਜੀ ਨੇ, ਵਿੱਤ ਮੰਤਰੀ ਅਰੁਣ ਜੇਤਲੀ ਜੀ ਨੇ, ਸਾਰਿਆਂ ਨੇ ਖੁੱਲ੍ਹਾ ਬਜਟ ਦਿੱਤਾ। ਪੂਰਵ ਵਿੱਤ ਮੰਤਰੀ ਅਰੁਣ ਜੇਤਲੀ ਜੀ ਨੇ ਖੁੱਲ੍ਹਾ ਬਜਟ ਦਿੱਤਾ ਸੀ ਕਿ ਜਿੰਨਾ ਵੀ ਇੱਥੇ ਪੈਸਾ ਖਰਚ ਆਏਗਾ ਸਰਦਾਰ ਹਰਦੀਪ ਸਿੰਘ ਪੁਰੀ ਜੀ ਦੀ ਦੇਖ ਰੇਖ ਦੇ ਵਿੱਚ ਔਰ ਜੋ ਮਿਨਿਸਟਰੀ ਆਫ ਕਲਚਰ ਦੇ ਸਾਡੇ ਮੰਤਰੀ ਨੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਖਰਚ ਹੋਏ। 1 ਈਅਰ ਮਾਰਚ 2020 ਤੱਕ ਇਹ ਸਾਰਾ ਪ੍ਰੋਜੈਕਟ ਪੂਰਾ ਹੋ ਜਾਏਗਾ। ਨਥਿੰਗ, ਕੋਈ ਐਸਾ ਸਟਰਕਚਰ ਨਹੀਂ ਬਦਲਿਆ ਜਾਏਗਾ, ਉਹ ਤੁਸੀਂ ਸੁਧਾਰ ਕਰ ਲਓ, ਕਿਉਂਕਿ ਇਹ ਉਹੀ ਸਟਰਕਚਰ ਬਦਲਿਆ ਹੋਏਗਾ ਉਹਨਾਂ ਨੇ, ਜਿਹੜਾ ਸਟਰਕਚਰ ਰੀਸੈਂਟਲੀ ਬਣਿਆ ਹੋਏਗਾ, 100 ਸਾਲ ਪੁਰਾਣਾ ਕੋਈ ਸਟਰਕਚਰ ਨਹੀਂ ਬਦਲਿਆ।